ਧਿਆਨ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ। ਨੌਜਵਾਨਾਂ ਨੇ ਕੀਤੀ ਮਸਤੀ, ਪੁਲਿਸ ਵੀ ਰਹੀ ਚੌਕਸ। ਚੰਡੀਗੜ੍ਹ ਮੋਹਾਲੀ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹੋਲੀ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਇਸ ਦੌਰਾਨ ਲੋਕ ਪੂਰੇ ਜੋਸ਼ ਨਾਲ ਪਰਿਵਾਰਾਂ ਸਮੇਤ ਹੋਲੀ ਦੇ ਤਿਉਹਾਰ ਦਾ ਆਨੰਦ ਮਾਣਦੇ ਨਜ਼ਰ ਆਏ। ਚੰਡੀਗੜ੍ਹ, ਮੋਹਾਲੀ, ਖਰੜ, ਕੁਰਾਲੀ, ਜ਼ੀਰਕਪੁਰ, ਮੁੱਲਾਪੁਰ ਆਦਿ ਵਿੱਚ ਨੌਜਵਾਨਾਂ ਵਿੱਚ ਪਹਿਲਾਂ ਵਰਗਾ ਹੀ ਜੋਸ਼ ਨਜ਼ਰ ਆਇਆ ਅਤੇ ਦੋ ਪਹੀਆ ਵਾਹਨਾਂ ਤੇ ਸਵਾਰ ਹੋ ਕੇ ਨੌਜਵਾਨ ਸਾਰਾ ਦਿਨ ਗਲੀਆਂ ਤੇ ਸੜਕਾਂ ਤੇ ਗੇੜੀਆਂ ਮਾਰਦੇ ਨਜ਼ਰ ਆਏ। ਹਾਲਾਂਕਿ ਇਸ ਵਾਰ ਹੋਲੀ ਦੇ ਤਿਉਹਾਰ ਤੇ ਕੋਰੋਨਾ ਵਾਇਰਸ ਦੇ ਖਤਰੇ ਦਾ ਪਰਛਾਵਾਂ ਵੀ ਨਜ਼ਰ ਆਇਆ ਅਤੇ ਜ਼ਿਆਦਾਤਰ ਲੋਕਾਂ ਵੱਲੋਂ ਹੋਲੀ ਮਨਾਉਣ ਦੀ ਥਾਂ ਪਰਹੇਜ਼ ਕਰਕੇ ਹੀ ਕੰਮ ਸਾਰਿਆ ਗਿਆ, ਪਰੰਤੂ ਨੌਜਵਾਨਾਂ ਵਿੱਚ ਹੋਲੀ ਦੇ ਤਿਉਹਾਰ ਦਾ ਪੂਰਾ ਜੋਸ਼ ਨਜ਼ਰ ਆਇਆ। ਮੋਹਾਲੀ ਦੇ ਫੇਸ 3B2 ਦੀ ਮਾਰਕੀਟ ਵਿੱਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਵੱਡੀ ਗਿਣਤੀ ਨੌਜਵਾਨਾਂ ਦਾ ਇਕੱਠ ਹੋਇਆ ਅਤੇ ਇਸ ਦੌਰਾਨ ਇੱਕ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਹੁੱਲੜਬਾਜ਼ੀ ਵੀ ਹੋਈ ਅਤੇ ਮਸਤੀ ਵਿੱਚ ਆਏ ਨੌਜਵਾਨਾਂ ਦਾ ਹਜ਼ੂਮ ਪੂਰੇ ਮਾਹੌਲ ਤੇ ਹਾਵੀ ਰਿਹਾ। ਨੌਜਵਾਨਾਂ ਦੀ ਮਸਤੀ ਦਾ ਇਹ ਅਮਲ ਸਵੇਰੇ 11 ਵਜੇ ਦੇ ਕਰੀਬ ਆਰੰਭ ਹੋਇਆ ਅਤੇ ਵੱਖ ਵੱਖ ਗਰੁੱਪਾਂ ਵਿੱਚ ਨੌਜਵਾਨ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਵਿੱਚ ਮਾਰਕੀਟ ਦੀ ਪਾਰਕਿੰਗ ਵਿੱਚ ਇਕੱਠੇ ਹੁੰਦੇ ਰਹੇ। ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਫੋਰਸ ਵੱਲੋਂ ਜਦੋਂ ਇਹਨਾਂ ਹੁੱਲੜਬਾਜ਼ਾਂ ਦੇ ਚਲਾਨ ਕੱਟਣੇ ਸ਼ੁਰੂ ਕੀਤੇ ਗਏ ਤਾਂ ਇਹ ਨੌਜਵਾਨ ਖਿਸਕਣੇ ਸ਼ੁਰੂ ਹੋ ਗਏ। ਹਾਲਾਂਕਿ ਬਾਅਦ ਦੁਪਹਿਰ 4 ਵਜੇ ਤੱਕ ਮਾਰਕੀਟ ਵਿੱਚ ਹੋਲੀ ਮਨਾਉਣ ਵਾਲਿਆਂ ਦਾ ਕਾਫੀ ਇਕੱਠ ਸੀ, ਪਰੰਤੂ ਪੁਲਿਸ ਦੀ ਸਖਤੀ ਕਾਰਨ ਇਸ ਵਾਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚਾਅ ਰਿਹਾ। ਚੰਡੀਗੜ੍ਹ ਵਿੱਚ ਵੀ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ ਹਾਵੀ ਰਹੀਆਂ। ਇਸ ਦੌਰਾਨ ਚੰਡੀਗੜ੍ਹ ਦੀ ਸੁਖਨਾ ਝੀਲ ਅਤੇ ਸੈਕਟਰ 42 ਦੀ ਝੀਲ ਤੇ ਸਾਰਾ ਦਿਨ ਹੋਲੀ ਮਨਾਉਣ ਦੇ ਚਾਹਵਾਨਾਂ ਦਾ ਮੇਲਾ ਲੱਗਿਆ ਰਿਹਾ ਅਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਸਨੀਕ ਇੱਕ ਦੂਜੇ ਨਾਲ ਹੋਲੀ ਖੇਡ ਰਹੇ ਸਨ। ਵੀਜੀ ਬਹੁਤ ਵਧੀਆ, ਚੰਗਾ ਲੱਗ ਰਿਹਾ, ਸਾਰੇ ਇੰਜੋਏ ਕਰ ਰਹੇ ਹੈ। ਇਹ ਜੇ ਮੌਕੇ ਦੀ ਜ਼ਿਆਦਾ ਬਿਮਾਰੀ ਵੀ ਚੱਲ ਰਹੀ, ਫਿਰ ਵੀ ਲੋਕ ਇੰਜੋਏ ਕਰ ਰਹੇ ਨੇ। ਚੰਗਾ ਲੱਗ ਰਿਹਾ ਆਪਣੇ ਦੋਸਤਾਂ ਨਾਲ ਆ ਕੇ, ਸਾਰਾ ਇੱਥੇ ਦੇਖ ਕੇ ਬੜੀ ਖੁਸ਼ੀ ਹੈ। ਫਿਰ ਮਤਲਬ ਸੋਚਿਆ ਨਹੀਂ ਸੀ ਵੀ ਇੱਦਾਂ ਦਾ ਵੀ ਹੋਊਗਾ ਅੱਜ, ਇੱਥੇ ਲੋਕ ਡਰੇ ਹੋਏ ਸਾਰੇ, ਇਸ ਕਰਕੇ ਚਲੋ ਫਿਰ ਵੀ ਆਪਾਂ ਕਹਿੰਦੇ ਸਾਰੇ ਇੰਜੋਏ ਕਰਨ, ਸਹੀ ਸਲਾਮਤ ਰਹਿਣ, ਸਰਬੱਤ ਦਾ ਭਲਾ ਹੋਵੇ। ਵੀਰੇ ਫਨ ਕਰ ਰਹੇ, ਪੂਰਾ ਇੰਜੋਇਮੈਂਟ ਕਰ ਰਹੇ ਪੂਰੇ ਲੋਕ। ਕੋਰੋਨਾ ਵਾਇਰਸ ਕਰਕੇ ਥੋੜ੍ਹਾ ਕੈਕਟਾ ਪਰ ਲੱਗਦਾ ਨਹੀਂ ਸੀਗਾ, ਪਰ ਹੁਣ ਪੂਰੀ ਰੌਣਕ ਹੈ ਉਰੇ, ਪੂਰਾ ਕਰ ਰਹੇ ਇੰਜੋਇਮੈਂਟ। ਵੀਰੇ ਸਵਾਦ ਪੂਰਾ ਬਾਈ, ਕੋਈ ਕਿਸੇ ਨੂੰ ਕੋਈ ਹਰਾਸ ਨਹੀਂ ਕਰ ਰਿਹਾ, ਕੁੜੀਆਂ ਨੂੰ ਸਭ ਆਪਣਾ ਵਧੀਆ ਵਧੀਆ ਮਤਲਬ ਕਿ ਖੇਡ ਰਹੇ ਨੇ, ਵਧੀਆ ਗੱਲ ਹੈ। ਬਹੁਤ ਵਧੀਆ ਲੱਗ ਰਿਹਾ ਜੀ, ਪੂਰਾ ਰੰਗਾ ਰੰਗ ਪ੍ਰੋਗਰਾਮ ਹੋ ਰੱਖਿਆ ਹੈ, ਇੰਜੋਏ ਚੱਲ ਰਿਹਾ ਫੁੱਲ। ਹੈਪੀ ਹੋਲੀ ਸਾਰਿਆਂ ਨੂੰ ਅਤੇ ਤੁਹਾਨੂੰ ਵੀ, ਥੈਂਕ ਯੂ ਬਹੁਤ ਬਹੁਤ, ਤੁਸੀਂ ਵੀ ਇੱਧਰ ਆਏ ਹੋ ਅਤੇ ਬਹੁਤ ਵਧੀਆ ਲੱਗ ਰਿਹਾ ਇੱਥੇ, ਅਤੇ ਬਾਕੀ ਸੇਫ ਹੋਲੀ ਹੈ ਬਿਲਕੁਲ, ਤੁਸੀਂ ਵੀ ਬਿਲਕੁਲ ਸੁਖੀ ਹੋ ਕੇ ਖੇਲਿਓ। ਅੱਛਾ ਭਾਈ, ਸਾਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਯਾਰ, ਬਹੁਤ ਚੰਗਾ ਲੱਗ ਰਿਹਾ, ਪਹਿਲੀ ਵਾਰ ਹੋਲੀ ਮਨਾ ਰਹੇ ਮੈਂ ਲੇਕ 'ਤੇ ਜਾ ਕੇ, ਠੀਕ ਹੈ ਬਾਈ, ਬਹੁਤ ਇੰਜੋਏ ਕਰ ਰਹੇ ਹਾਂ ਅਤੇ ਇਹੋ ਜਿਹੀ ਹੋਲੀ ਕੇ ਦੇਖੀ ਨਹੀਂ ਜ਼ਿੰਦਗੀ ਭਰ, ਜਿਵੇਂ ਬਹੁਤ ਵਧੀਆ ਲੱਗ ਰਿਹਾ ਵੀਰੇ ਮੈਨੂੰ। ਕਿੰਨਾ ਟਾਈਮ ਹੋ ਗਿਆ ਵੀਰੇ ਇੱਥੇ ਆਏ ਨੂੰ? ਵੀਰੇ ਇੱਥੇ ਆਏ ਨੂੰ ਤਾਂ ਵੈਸੇ ਮੈਂ ਜ਼ੀਰਕਪੁਰ ਰਹਿਣਾ ਬਾਈ, ਮੈਨੂੰ 3 ਸਾਲ ਹੋ ਗਏ ਜ਼ੀਰਕਪੁਰ ਰਹਿੰਦੇ ਨੂੰ, ਸੁਸਾਇਟੀ 'ਚ ਮਨਾਈ ਦੇ ਹੋਲੀ, ਪਰ ਪਹਿਲੀ ਵਾਰ ਲੇਕ 'ਤੇ ਮਿਲਾ ਰਹੇ ਹਾਂ, ਬਹੁਤ ਚੰਗਾ ਲੱਗ ਰਿਹਾ, ਫੁੱਲ ਇੰਜੋਏ ਕਰ ਰਹੇ ਹਾਂ। ਖੋਰੂ ਪਾ ਰਹੇ, ਖੋਰੂ ਪੰਤੀ। ਖਰੜ ਵਿੱਚ ਵੀ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਨੌਜਵਾਨ ਹੋਲੀ ਦੀ ਮਸਤੀ ਮਾਣਦੇ ਰਹੇ। ਇਸ ਦੌਰਾਨ ਨੌਜਵਾਨ ਵਾਹਨਾਂ ਤੇ ਚੜ੍ਹ ਕੇ ਗੇੜੀਆਂ ਮਾਰਦੇ ਨਜ਼ਰ ਆਏ, ਜਿਹੜੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਮਸਤੀ ਮਾਰ ਰਹੇ ਸਨ। ਜ਼ੀਰਕਪੁਰ ਵਿੱਚ ਅੱਜ ਸਵੇਰ ਤੋਂ ਹੀ ਲੋਕਾਂ ਵੱਲੋਂ ਹੋਲੀ ਮਨਾਉਣੀ ਆਰੰਭ ਕਰ ਦਿੱਤੀ ਗਈ ਅਤੇ ਹੋਲੀ ਕਾ ਆਜ ਕਾ ਜੋ ਤਿਉਹਾਰ ਹੈ ਉਹ ਪੂਰੇ ਭਾਰਤ ਵਰਸ਼ ਮੇ ਸਮਸਤ ਸਮਾਜ ਕੋ ਜੋੜਨੇ ਵਾਲਾ ਤਿਉਹਾਰ ਹੈ। ਇਸਕੋ ਹਮ ਜ਼ੀਰਕਪੁਰ ਕੇ ਲੋਕ ਬੜੇ ਸਦਰੋਂ ਔਰ ਚਾਹੋਂ ਕੇ ਸਾਥ ਮੇ ਬੜੇ ਉਤਸਾਹ ਕੇ ਸਾਥ ਮੇ ਮਨਾ ਰਹੇ ਹੈ। ਆਜ ਹਮ ਲੋਗੋਂ ਨੇ ਸੇਵਾ ਬਸਤੀਓਂ ਮੇ ਜੋ ਗਰੀਬ ਬਸਤੀਆਂ ਹੈ ਉਨਕੇ ਬੀਚ ਮੇ ਜਾ ਕਰਕੇ ਵੀ ਹੋਲੀ ਮਨਾਈ ਹੈ, ਔਰ ਹਮ ਸਭ ਆਹਵਾਨ ਕਰਤੇ ਹੈ ਕਿ ਸਮਾਜ ਕੋ ਕੋਰੋਨਾ ਵਾਇਰਸ ਇਤਿਆਦਿ ਸਭ ਬਾਤੋਂ ਸੇ ਬਾਹਰ ਆ ਕਰਕੇ ਸਮਾਜ ਕੋ ਇਸ ਜੋੜਨੇ ਕੇ ਉਤਸਵ ਮੇ ਜ਼ਿਆਦਾ ਸੇ ਜ਼ਿਆਦਾ ਸੰਖਿਆ ਮੇ ਉਤਸਾਹਪੂਰਵਕ ਭਾਗ ਲੈਣਾ ਚਾਹੀਏ ਔਰ ਸਮਾਜ ਕੋ ਮਿਲਜੁਲ ਕਰਕੇ ਰਹਿਣਾ ਚਾਹੀਏ, ਯਹੀ ਹਮਾਰਾ ਸੰਦੇਸ਼ ਹੈ। ਇਸ ਦੌਰਾਨ ਗਲੀਆਂ ਮੁਹੱਲਿਆਂ ਵਿੱਚ ਲੋਕ ਪਰਿਵਾਰਾਂ ਸਮੇਤ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੰਦੇ ਰਹੇ। ਮੋਹਾਲੀ ਤੋਂ ਰਾਜਕੁਮਾਰ ਅਰੋੜਾ, ਚੰਡੀਗੜ੍ਹ ਤੋਂ ਯਸ਼ਪ੍ਰੀਤ ਸਿੰਘ ਅਤੇ ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ।